ਇੱਕ ਮਾਂ ਦੇ ਵੱਲੋਂ ਹੀ ਆਪਣੀ ਧੀ ਨੂੰ ਕਿਡਨੈਪ ਕੀਤਾ ਗਿਆ ਤਾਂ ਇਹ ਇਲਜ਼ਾਮ ਉਸ ਬੱਚੀ ਦੇ ਪਿਤਾ ਦੇ ਵੱਲੋਂ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਪੰਚਾਇਤੀ ਤਲਾਕ ਤੋਂ ਬਾਅਦ ਪਿਤਾ ਨੂੰ ਬੱਚੀ ਦੀ ਕਸਟਡੀ ਮਿਲੀ ਸੀ ਤੇ ਮਾਂ ਨੇ ਮੰਗ ਕੀਤੀ ਸੀ ਪੰਚਾਇਤੀ ਤਲਾਕ ਦੇ ਵਿੱਚ ਕਿ ਉਸਦਾ ਸਮਾਨ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਅਤੇ ਬੱਚੀ ਦੀ ਜੋ ਕਸਟਡੀ ਹੈ ਉਹ ਪਿਤਾ ਨੂੰ ਦਿੱਤੀ ਜਾਵੇ। ਤਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਸੀ, ਪਰ ਕਿਹਾ ਜਾ ਰਿਹਾ ਕਿ ਬੀਤੇ ਦਿਨਾਂ ਜਦੋਂ ਬੱਚੀ ਦੀ ਮਾਂ ਹੈ ਉਹ ਆਪਣੇ ਨਾਲ ਕੁਝ ਗੁੰਡਾ ਅਨਸਰਾਂ ਨੂੰ ਲੈ ਕੇ ਆਉਂਦੀ ਹੈ। ਪਹਿਲਾਂ ਤਾਂ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਛੋਟੀ ਜਿਹੀ ਬੱਚੀ ਨੂੰ ਲੈ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਹ ਕੁੱਟਮਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸੱਟਾਂ ਮਾਰੀਆਂ ਗਈਆਂ ਨੇ। ਹਾਲਾਂਕਿ ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤੇਜ਼ਧਾਰ ਹਥਿਆਰ ਜੋ ਬੰਦਿਆਂ ਦੇ ਵੱਲੋਂ ਇਹ ਗੁੰਡਾ ਗਰਦੀ ਕੀਤੀ ਗਈ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਦੇਖੇ ਜਾ ਸਕਦੇ ਨੇ। ਅਤੇ ਦੂਜੇ ਪਾਸੇ ਹੁਣ ਲੜਕੇ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਉਸਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੋ ਬੱਚੀ ਦੀ ਮਾਂ ਹੈ ਉਸਦੇ ਵੱਲੋਂ ਹੀ ਆਪਣੀ ਧੀ ਨੂੰ ਕਿਡਨੈਪ ਕਰਕੇ ਲਿਜਾਇਆ ਗਿਆ। ਹਾਲਾਂਕਿ ਜਦੋਂ ਉਸ ਔਰਤ ਦੇ ਵੱਲੋਂ ਬੱਚੀ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਉਸਦੀ ਵੀ ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਵਿਚਕਾਰ ਛੋਟੀ ਜਿਹੀ ਬੱਚੀ ਬੈਠੀ ਹੈ। ਪਰੰਤੂ ਪੂਰਾ ਮਾਮਲਾ ਕੀ ਹੈ ਇਸ ਨੂੰ ਲੈ ਕੇ ਹੁਣ ਲਗਾਤਾਰ ਜੋ ਲੜਕੀ ਦਾ ਪਿਤਾ ਹੈ ਉਸਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਤਾਂ ਪੰਚਾਇਤੀ ਤਲਾਕ ਦੇ ਵਿੱਚ ਛੋਟੀ ਬੱਚੀ ਦੀ ਕਸਟਡੀ ਪਿਤਾ ਨੂੰ ਦਿੱਤੀ ਗਈ ਸੀ, ਪਰ ਮਾਂ ਦੇ ਵੱਲੋਂ ਹੀ ਹੁਣ ਆਪਣੀ ਧੀ ਨੂੰ ਕਿਡਨੈਪ ਕੀਤਾ ਗਿਆ। ਲਾਠੀ ਡੰਡਿਆਂ ਦੇ ਨਾਲ ਮਾਂ ਜੋ ਹੈ ਆਪਣੇ ਨਾਲ ਕੁਝ ਗੁੰਡਾ ਅਨਸਰਾਂ ਨੂੰ ਲੈ ਕੇ ਆਉਂਦੀ ਹੈ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ 4 ਸਾਲ ਦੀ ਬੱਚੀ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੀ ਹੈ। ਜਸਵੀਰ ਕੌਰ ਉਹਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਤੇ ਉਹਦੇ ਤਾਏ ਦਾ ਨਾਂ ਚਿਮਨ ਸਿੰਘ, ਉਹਨਾਂ ਦੇ ਨਾਲ 4 ਸਾਲ ਪਹਿਲਾਂ ਮੇਰਾ ਜੋ ਰੀਤੀ ਰਿਵਾਜਾਂ ਦੇ ਨਾਲ ਵਿਆਹ ਹੋਇਆ ਸੀ ਤੇ ਉਹਦੀ ਮਾਂ ਨੇ ਉਹਦੇ ਤਾਏ ਨੇ ਉਹਨੂੰ ਇਹੋ ਜਿਹੀ ਪੱਟੀ ਬੜਾਈ ਫੋਨ ਕਰਕੇ ਉਹਦਾ ਉਹਨੇ ਘਰ ਨਹੀਂ ਬਣ ਦਿੱਤਾ। 6 ਕੁ ਮਹੀਨਿਆਂ ਬਾਅਦ ਸਾਡਾ ਲੜਾਈ ਝਗੜਾ ਪਾ ਕੇ ਉਹਨੂੰ ਆਪਣੇ ਘਰੇ ਲਾਇਆ ਗਏ। ਉਸ ਤੋਂ ਬਾਅਦ ਮੈਂ 2 ਸਾਲ ਕੇਸ ਲਾਈ ਰੱਖਿਆ ਸੀ ਵੀ ਉਹਨੂੰ ਵਸਾਉਣ ਵਾਸਤੇ, ਪਰ ਉਹ ਮੇਰੇ ਕੋਲ ਵਸਣ ਵਾਸਤੇ ਵੀ ਨਹੀਂ ਆਈ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ 4 ਸਾਲ ਕਹਿਣ ਲੱਗਾ ਤਾਂ 4.5 ਸਾਲ ਹੋ ਗਏ ਆਪਦੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਤੇ ਉਹਨਾਂ ਆਪ ਨੇ ਪੰਚਾਇਤ ਸਾਡੇ ਘਰ ਵਿੱਚ ਭੇਜੀ ਹੈ। ਪੰਚਾਇਤ ਨੂੰ ਕਿਹਾ ਸੀ ਵੀ ਜਿੰਨਾ ਵੀ ਸਾਡਾ ਸਮਾਨ ਹੈ ਜੋ ਵੀ ਦਾਜ ਦਾ ਸਾਡਾ ਸਮਾਨ ਵਾਪਸ ਕਰ ਦੇਣ। ਤੇ ਉਹਦੇ ਵਿੱਚੋਂ ਇੱਕ ਗੁੜੀਆ ਆਪਣੀ ਪੈਦਾ ਹੋਈ ਸੀ ਆਰਵਰ, ਉਹ ਤਕਰੀਬਨ 3-3 ਸਾਲ ਦੀ ਗੁੜੀਆ ਹੈ। ਤੇ ਉਹਨਾਂ ਕਹਿੰਦੇ ਵੀ ਗੁੜੀਆ ਨਾ ਅਸੀਂ ਅੱਜ ਤੱਕ ਵੇਖੀ ਗੁੜੀਆ ਨੂੰ ਵੀ ਕਿਵੇਂ ਦੇਖੀ ਕਿਵੇਂ ਦੀ ਨਹੀਂ। ਉਹਨਾਂ ਨੇ ਪੰਚਾਇਤ ਨੂੰ ਕਿਹਾ ਵੀ ਗੁੜੀਆ ਆਪਦੀ ਉਹਦਾ ਡੈਡੀ ਰੱਖ ਲਵੇ ਤੇ ਉਸ ਤੋਂ ਬਾਅਦ ਜਿਹੜਾ ਵੀ ਮਤਲਬ ਸਮਾਨ ਸਾਡਾ ਹੈ ਉਹ ਸਾਰਾ ਵਾਪਸ ਕਰ ਦਿਓ। ਤੇ ਪੰਚਾਇਤ ਦੇ ਤਰੀਕੇ ਨਾਲ ਪਹਿਲਾਂ ਪੰਚਾਇਤ ਸਟਾਂਪ ਖਰੀਦਦਾ ਹੈ, ਪੰਚਾਇਤ ਨੇ ਆਪ ਸਾਡਾ ਲਿਖਤ ਪੜਤ ਕੀਤੀ ਹੈ ਵੀ ਸਾਰਾ ਸਮਾਨ ਵਾਪਸ ਕੀਤਾ ਜਾਵੇ ਤੇ ਜੇ ਗੁੜੀਆ ਦੀ ਕਸਟਡੀ ਹੈ ਵੀ ਉਹ ਡੈਡੀ ਦੇ ਪਾਸ ਰਵੇ ਦੀ। ਤੇ ਇੱਕ ਇਹ ਪੰਚਾਇਤੀ ਕੀਤਾ, ਇੱਕ ਉਹਨਾਂ ਨੇ ਜੱਜ ਸਾਹਿਬ ਦੇ ਕੋਲ ਆ ਜਿਹੜਾ ਵਕੀਲ ਨੂੰ ਨਾਲ ਲਾ ਕੇ ਕੇਸ ਦਰਜ ਕਰਵਾ ਦਿੱਤਾ ਤੇ ਹੁਣ ਦੀ ਗੱਲ ਹੈ ਉਸ ਤੋਂ ਬਾਅਦ ਦਰਜ ਕਰਾ ਦਿੱਤਾ ਤੇ ਗੁੜੀਆ ਉਹਨਾਂ ਸਾਨੂੰ ਦੇ ਦੀ ਸਮਾਨ ਅਸੀਂ ਉਹਨਾਂ ਨੂੰ ਵਾਪਸ ਕਰ ਦਿੱਤਾ। ਗੁੜੀਆ ਉਹਨਾਂ ਸਾਨੂੰ ਦੇ ਕੇ ਉਸ ਤੋਂ ਬਾਅਦ ਉਹਨਾਂ ਪਤਾ ਹੀ ਕਿ 29 ਅਪ੍ਰੈਲ ਨੂੰ 29 ਅਪ੍ਰੈਲ ਨੂੰ ਸਾਡੇ ਘਰ ਦੇ ਵਿੱਚ ਇੱਥੇ ਦਾਖਲ ਹੋਏ ਨੇ ਤੇ ਘਰੇ ਆ ਕੇ ਮੈਂ ਘਰ
ਘਰੇ ਆ ਕੇ ਉਹਨਾਂ ਨੇ ਗੁੜੀਆ ਵੀ ਸਾਡੇ ਕੋਲ ਚੱਕ ਕੇ ਲੈ ਗਏ, ਉਹਨਾਂ ਨੇ ਗੁੰਡੇ ਮੰਗਾਏ ਨੇ, ਗੁੰਡੇ ਨਾਲ ਉਹਨਾਂ ਨੇ ਕਿਰਚਾਂ ਕਿਰਪਾਨਾਂ ਤੇ ਲੈ ਕੇ ਆਏ ਨੇ ਆਪਣੇ ਨਾਲ, ਜਿੰਨਾ ਤੇਜ਼ਧਾਰੀ ਹਥਿਆਰ ਸਾਡੇ ਕੋਲ ਲਿਆ ਕੇ ਨਾਲ ਗੁੰਡੇ 15-20 ਮੰਗਾ ਕੇ ਉਹਨਾਂ ਨੇ ਮੰਮੀ ਨਾਲ ਕੁੱਟਮਾਰ ਕੀਤੀ, ਮੇਰੇ ਨਾਲ ਵੀ, ਮੇਰੀ ਛੋਟੀ ਭੈਣ 18 ਸਾਲ ਦੀ ਉਹਦੇ ਨਾਲ ਕੁੱਟਮਾਰ ਕੀਤੀ, ਤੇ ਚਾਚਾ ਮੇਰੇ ਨੂੰ ਉਹਨਾਂ ਨੇ ਹੱਥ ਦੇ ਇੱਥੇ ਮਾਰਾ ਕਾਪਾ ਮਾਰਿਆ, ਕਾਪੇ ਨਾਲ ਬਾਂਹ ਵੱਢ ਦਿੱਤੀ ਉਹਨਾਂ ਨੇ, ਤੇ ਗੁੰਡਾਗਰਦੀ ਦਾ ਰਾਜ ਉਹਨਾਂ ਨੇ ਪੂਰੀ ਆਪਦੀ ਗੁੰਡਾਗਰਦੀ ਉਠਾਈ ਹੈ। ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇਹ ਪੂਰਾ ਨਾਂ ਉਹਨਾਂ ਦਾ ਯਾਦ ਰੱਖ ਲਓ, ਨਾਂ ਉਹਨਾਂ ਦਾ ਜਸਵੀਰ ਕੌਰ ਹੈ ਤੇ ਉਹਦੇ ਡੈਡੀ ਦੇ ਨਾਂ ਦਰਸ਼ਨ ਸਿੰਘ ਹੈ। ਤੇ ਵੀਰੋ ਹਰੇਕ ਵਾਰੀ ਮੁੰਡਾ ਗਲਤ ਨਹੀਂ ਹੁੰਦਾ, ਜਿੰਨਾ ਵੀ ਹੋ ਸਕੇ ਇਸ ਪਰਿਵਾਰ ਤੋਂ ਬਚ ਕੇ ਰਹੋ ਦੇ, ਕਿਉਂਕਿ ਇਹਨਾਂ ਨੇ ਜਿਹੜਾ ਮੇਰੇ ਨਾਲ ਕੀਤਾ ਉਹ ਕਿਸੇ ਹੋਰ ਨਾਲ ਨਾ ਕਰਨਾ, ਤੇ ਪਿੰਡ ਉਹਨਾਂ ਦਾ ਤ੍ਰਿੜਿਆ ਹੈ, ਜਿੰਨਾ ਯਾਦ ਰੱਖ ਲਓ ਜੇ ਤੁਹਾਡਾ ਫਾਇਦਾ ਹੈ, ਕੱਲ੍ਹ ਹੋਰ ਮੇਰੇ ਵੀਰ ਭਰਾ ਕੋਈ ਵੀ ਇਸ ਘਰ ਦੇ ਵਿੱਚ ਫਸੋ ਦੇ ਨਾ, ਕਿਉਂਕਿ ਮੇਰੀ ਗਲਤੀ ਜਿਹੜਾ ਮੇਰੇ ਮਾਂ ਪਿਓ ਨੇ ਕੀਤਾ ਸੀ ਇੱਕ ਵਾਰੀ ਗਲਤੀ ਕੀਤੀ ਹੈ। ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ, ਉਹਨਾਂ ਤੇ ਪਰਚਾ ਦਰਜ ਕਰੋ ਤੇ